ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ। ਆਪ ਜੀ ਦਾ ਸਵਾਗਤ ਹੈ ਸਿੱਖ ਰਿਲੀਫ ਦੇ ਵੀਕਲੀ ਅਪਡੇਟ ਸ਼ੋਅ ਵਿੱਚ। ਅਤੇ ਮੈਂ ਪ੍ਰਭਵੀਰ ਕੌਰ ਹਮੇਸ਼ਾ ਦੀ ਤਰ੍ਹਾਂ ਹਰ ਹਫ਼ਤੇ ਸਿੱਖ ਰਿਲੀਫ ਦਾ ਸ਼ੋਅ ਲੈ ਕੇ ਹਾਜ਼ਰ ਹਾਂ। ਸੋ ਸੰਗਤ ਜੀ, ਜਿੱਦਾਂ ਤੁਸੀਂ ਜਾਣਦੇ ਹੋ ਕਿ ਸਿੱਖ ਰਿਲੀਫ UK ਦੀ ਰਜਿਸਟਰ ਚੈਰਿਟੀ, ਜੋ ਕਿ ਜਿਨ੍ਹਾਂ ਦਾ ਮੁੱਖ ਪ੍ਰੋਜੈਕਟ ਬੰਦੀ ਸਿੰਘਾਂ ਦੀ ਰਿਹਾਈ ਉਹਨਾਂ ਦੀ ਮਦਦ ਕਰਨਾ ਹੀ ਹੈ। ਸੋ ਅੱਜ ਅਸੀਂ ਤੁਹਾਡੇ ਨਾਲ ਬੰਦੀ ਸਿੰਘਾਂ ਦੇ ਜਿਹੜੀਆਂ ਵੀ ਸੇਵਾਵਾਂ ਕੀਤੀਆਂ ਜਾਂਦੀਆਂ ਉਹਨਾਂ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਅਤੇ ਜਿਸ ਵਿੱਚ ਅਸੀਂ ਪਿਛਲੇ ਵੀਕ ਦੇ ਵਿੱਚ ਜੋ ਕਿ ਭਾਈ ਬਗੀਚਾ ਸਿੰਘ ਜੀ ਰੱਤਾ ਖੇੜਾ, ਉਹਨਾਂ ਬਾਰੇ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿਹੜੀ ਉਹਨਾਂ ਦੀ ਮਦਦ ਕੀਤੀ ਗਈ। ਅਤੇ ਉਸ ਤੋਂ ਪਹਿਲਾਂ ਮੈਂ ਭਾਈ ਬਲਬੀਰ ਸਿੰਘ ਜੀ ਉਹਨਾਂ ਦੇ ਨਾਲ ਫਤਿਹ ਦੀ ਸਾਂਝ ਪਾਉਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਅਤੇ ਪਹਿਲਾਂ ਤਾਂ ਮੈਂ ਭਾਈ ਸਾਹਿਬ ਜੀ ਨੂੰ ਇਹ ਵੀ ਪੁੱਛਦੀ ਹਾਂ ਕਿ ਇੰਨੇ ਵੀਕ ਕਿੱਥੇ ਸੀ ਜਿਹੜਾ ਅੱਜ ਸ਼ੁਕਰੀਆ ਕਿ ਸਾਡੇ ਨਾਲ ਸ਼ੋਅ ਤੇ ਹਾਜ਼ਰ ਆ। ਤੇ ਇਹ ਹੋਰ ਸੰਗਤ ਜੀ ਇਹਨਾਂ ਕੋਲੋਂ ਮੈਂ ਭਾਈ ਸਾਹਿਬ ਭਾਈ ਬਗੀਚਾ ਸਿੰਘ ਜੀ ਬਾਰੇ ਵੀ ਹੋਰ ਜਾਣਕਾਰੀ ਲਵਾਂਗੀ। ਸੋ ਹਾਂਜੀ ਭਾਈ ਸਾਹਿਬ ਜੀ ਦੱਸੋ। ਹਾਂਜੀ, ਆਪਾਂ ਜਿਹੜੀਆਂ ਦੌੜਾਂ ਕੀਤੀਆਂ ਉਹਲੇ ਹੁਣ ਤੁਹਾਨੂੰ ਸਾਰਿਆਂ ਨੂੰ ਟ੍ਰੇਨ ਉਹਲੇ ਆਰਗੇਨਾਈਜ਼ ਕਰਨ ਲਈ ਵੀ ਟਾਈਮ ਲੱਗਣਾ ਸੀ, ਇਸ ਕਰਕੇ ਤੁਹਾਨੂੰ ਡਿਊਟੀ ਦਿੱਤੀ ਗਈ ਸੀਗੀ ਕਿ ਤੁਸੀਂ ਹੁਣ ਸਾਂਭੋ ਇੱਕ ਦੋ ਹਫ਼ਤੇ ਪ੍ਰੋਗਰਾਮ, ਜਿਹੜਾ ਤੁਸੀਂ ਬੜੇ ਵਧੀਆ ਤਰੀਕੇ ਨਾਲ ਨਿਭਾਇਆ, ਤੁਹਾਡਾ ਬਹੁਤ ਧੰਨਵਾਦ। ਅਤੇ ਸਾਰੇ ਸੰਗਤਾਂ ਨੂੰ ਵੀ ਤੁਸੀਂ ਜਾਣੂ ਕਰਾਈ ਰੱਖਿਆ, ਜੋੜੀ ਰੱਖਿਆ ਹੈਗਾ, ਅਤੇ ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਪਰ ਤੁਹਾਡੇ ਨਾਲ ਜ਼ਿਆਦਾ ਹਿੰਮਤ ਮਿਲ ਜਾਂਦੀ ਹੈ, ਮੈਂ ਤਾਂ ਬਹੁਤ ਮਿਸ ਕੀਤਾ ਤੁਹਾਨੂੰ ਸ਼ੋਅ ਤੇ। ਸੋ ਹਾਂਜੀ ਭਾਈ ਸਾਹਿਬ ਜੀ, ਅੱਜ ਆਪਾਂ ਬੰਦੀ ਸਿੰਘਾਂ ਬਾਰੇ ਗੱਲਬਾਤ ਕਰਾਂਗੇ, ਜੋ ਕਿ ਇਹ ਭਾਈ ਸਾਹਿਬ ਭਾਈ ਬਗੀਚਾ ਸਿੰਘ ਜੀ ਹੈ ਨਾ, ਉਹਨਾਂ ਦੀ ਆਪਾਂ ਮਦਦ ਕੀਤੀ, ਉਹਨਾਂ ਨੂੰ ਟਰੱਕ ਲੈ ਕੇ ਦਿੱਤਾ ਇਸ ਹਫ਼ਤੇ। ਸੋ ਉਹਦੇ ਬਾਰੇ ਤੁਸੀਂ ਸਾਨੂੰ ਸੰਗਤ ਨੂੰ ਅਤੇ ਸਾਨੂੰ ਉਸ ਜਾਣਕਾਰੀ ਦਿਓ ਪਲੀਜ਼। ਹਾਂਜੀ ਸੰਗਤ ਜੀ, ਆਪ ਜੀ ਦਾ ਸਭ ਤੋਂ ਪਹਿਲਾਂ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਜਿਵੇਂ ਤੁਸੀਂ ਸੁਣਿਆ ਹੀ ਆ ਪ੍ਰਭਵੀਰ ਕੋ, ਵੀ ਜਿਵੇਂ ਆਪਾਂ ਸਿੱਖ ਲਈ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਉਪਰਾਲੇ ਕੀਤੇ ਜਾਂਦੇ ਹਨ, ਉਹਨਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ, ਉਹਨਾਂ ਦੇ ਪਰਿਵਾਰਾਂ ਨੂੰ ਸਾਂਭਿਆ ਜਾਂਦਾ ਹੈ, ਅਤੇ ਉਹਨਾਂ ਦੀ ਰਿਹਾਈ ਤੋਂ ਬਾਅਦ ਆਪਾਂ ਉਹਨਾਂ ਲਈ ਇੱਕ ਹੋਰ ਕੋਸ਼ਿਸ਼ ਕਰਦੇ ਹਾਂ ਤੁਹਾਡੇ ਸਹਿਯੋਗ ਦੇ ਨਾਲ, ਵੀ ਉਹਨਾਂ ਦਾ ਮੁੜ ਵਸੇਬਾ, ਤਾਂ ਕਿ ਉਹ ਕੋਈ ਆਪਣਾ ਕਾਰੋਬਾਰ ਖੋਲ੍ਹ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ। ਸੋ ਸੰਗਤ ਜੀ, ਬੜੀ ਖੁਸ਼ੀ ਦੀ ਗੱਲ ਹੈ, ਅਤੇ ਤੁਸੀਂ ਸਾਰੀ ਸੰਗਤ ਵਧਾਈ ਦੇ ਹੱਕਦਾਰ ਹੋ। ਭਾਈ ਬਗੀਚਾ ਸਿੰਘ ਜੋ ਬਹੁਤ ਲੰਮੇ ਸਮੇਂ ਜੇਲ੍ਹ ਵਿੱਚ ਰਹੇ ਹਨ, ਉਹਨਾਂ ਲਈ ਤੁਸੀਂ ਇੱਕ ਅੱਜ ਰੋਜ਼ਗਾਰ ਲਈ ਇੱਕ ਟਰੱਕ ਲੈ ਕੇ ਦਿੱਤਾ ਹੈ, ਅਤੇ ਟਰੱਕ ਜੋ ਹੈ ਉਹਨਾਂ ਨੇ ਉਹ ਚਲਾ ਕੇ ਅਤੇ ਆਪਣੇ ਪਰਿਵਾਰ ਦਾ ਜੋ ਕਿਰਤ ਕਮਾਈ ਹੈ ਉਹ ਕਰਕੇ ਆਪਣੇ ਪਰਿਵਾਰ ਦਾ, ਤੁਸੀਂ ਭਾਈ ਬਗੀਚਾ ਸਿੰਘ ਦੀ ਫੋਟੋ ਦੇਖ ਰਹੇ ਹੋ, ਇਹ ਉਹਨਾਂ ਨੂੰ ਜਦੋਂ ਕੋਰਟ 'ਚ ਪੇਸ਼ ਕਰਦੇ ਸਨ ਉਦੋਂ ਦੀ ਫੋਟੋ ਹੈ। ਇਹ ਟਰੱਕ ਹੈ ਜੀ ਜੋ ਆਪ ਦੇ ਸਹਿਯੋਗ ਦੇ ਨਾਲ ਆਪ ਦੇ ਪਾਈ ਪਾਈ ਜੋ ਆਪਨੇ ਦਿੱਤੀ ਹੈ ਸੰਗਤਾਂ ਨੇ, ਉਹਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਇੱਕ ਬਹੁਤ ਸੋਹਣਾ ਟਰੱਕ ਜਿਹੜਾ ਹੈਗਾ ਉਹਨਾਂ ਦੇ ਰੋਜ਼ਗਾਰ ਲਈ ਲੈ ਕੇ ਦਿੱਤਾ ਆ। ਅਸੀਂ ਸਾਰੇ ਸੰਗਤ ਦਾ, ਤੁਹਾਡੇ ਜਿੰਨੇ ਵੀ ਤੁਸੀਂ ਦਾਨੀ ਸੱਜਣੋ, ਆਪਣਾ ਦਸਵੰਧ ਲਓ, ਪਸੀਨੇ ਦੀ ਕਮਾਈ ਕਰਕੇ ਦਸਵੰਧ ਕੱਢਦੇ ਹੋ, ਆਪ ਅੱਜ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਹਾਂਜੀ ਸੰਗਤ ਜੀ, ਜਿੱਦਾਂ ਹੁਣ ਤੁਸੀਂ ਭਾਈ ਸਾਹਿਬ ਜੀ ਦੇ ਮੂੰਹੋਂ ਸੁਣਿਆ ਕਿ ਆਪਾਂ ਭਾਈ ਸਾਹਿਬ ਭਾਈ ਬਗੀਚਾ ਸਿੰਘ ਜੀ ਉਹਨਾਂ ਨੂੰ ਟਰੱਕ ਲੈ ਕੇ ਦਿੱਤਾ, ਇਹ ਇੱਕ ਬਹੁਤ ਹੀ ਵੱਡੀ ਗੱਲ ਹੈ ਜੇ ਤੁਸੀਂ ਸੋਚੋ ਤਾਂ, ਕੋਈ ਛੋਟੀ ਰਕਮ ਨਹੀਂ ਲੱਗੀ ਉਸ 'ਤੇ। ਪਰ ਸੰਗਤ ਜੀ, ਇਹ ਵੀ ਆਪ ਜੀ ਦੇ ਸਹਿਯੋਗ ਦੇ ਨਾਲ, ਆਪ ਜੀ ਦੇ ਪਿਆਰ, ਆਪ ਜੀ ਦੀ ਮਦਦ ਦੇ ਨਾਲ ਹੀ ਇਹ ਪੂਰਾ ਹੋਇਆ, ਜੋ ਕਿ ਭਾਵੇਂ ਤੁਸੀਂ ਥੋੜ੍ਹਾ ਤਿਲ ਫੁੱਲ ਵੀ ਸਾਨੂੰ ਦਿੰਦੇ ਹੋ, ਸੋ ਉਹ ਇਕੱਠਾ ਹੋ ਕੇ ਹੀ ਇੰਨੀ ਵੱਡੀ ਭਾਈ ਸਾਹਿਬ ਜੀ ਆਪਾਂ ਦੂਜੇ ਦੀ ਹੈਲਪ ਕਰ ਸਕਦੇ ਹਾਂ। ਅਤੇ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਉਹਨਾਂ ਦਾ ਆਪਣਾ ਰੁਜ਼ਗਾਰ ਸ਼ੁਰੂ ਹੋਇਆ, ਤੇ ਉਹਨਾਂ ਦੇ ਮੂੰਹ ਤੇ ਵੀ ਸਮਾਈਲ ਦੇਖ ਲਓ ਜਾਂ ਇਹ, ਤੁਹਾਡਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜਾ ਤੁਹਾਡੇ ਦਿਮਾਗ 'ਚ ਵੀ ਇੱਦਾਂ ਦੀਆਂ ਗੱਲਾਂ ਆਉਂਦੀਆਂ ਕਿ ਅਸੀਂ ਉਸਦਾ ਰੁਜ਼ਗਾਰ ਸ਼ੁਰੂ ਕਰ ਸਕੀਏ। ਚਲੋ, ਸੰਗਤ ਦੇ ਸਹਿਯੋਗ ਨਹੀਂ ਹੈ ਜੀ, ਸੰਗਤ ਵੀ ਸਾਨੂੰ ਆਪਣੇ ਆਪਣੇ ਆਈਡੀਆ ਦਿੰਦੇ ਰਹਿੰਦੀ ਹੈ, ਪਰ ਲੇਕਿਨ ਟੀਮ ਦਾ ਵੀ ਬਹੁਤ ਇਹਦੇ ਵਿੱਚ ਯੋਗਦਾਨ ਆ। ਸਿੱਖ ਲਈਫ ਦੀ ਟੀਮ ਬੈਠ ਕੇ ਇਹੋ ਜਿਹਾ ਪ੍ਰੋਜੈਕਟ ਸੋਚਦੀ ਆ ਅਤੇ ਵੀ ਅਸੀਂ ਕੀ ਵੱਧ ਤੋਂ ਵੱਧ ਕਰ ਸਕਦੇ ਹਾਂ, ਤਾਂ ਇਹ ਇੱਕ ਬਹੁਤ ਵੱਡਾ ਉੱਦਮ ਹੁੰਦਾ ਆ ਵੀ ਜਦੋਂ ਕਿਸੇ ਨੂੰ ਉਹਦੇ ਪੈਰਾਂ 'ਤੇ ਖੜਾ ਕਰਨ ਲਈ ਉਹ ਲਈ ਆਪਾਂ ਉਪਰਾਲਾ ਕਰਦੇ ਹਾਂ, ਤਾਂ ਕਿ ਉਹਨੂੰ ਕਿਸੇ ਦਾ ਮੁਹਤਾਜ ਨਾ ਹੋਣਾ ਪਵੇ, ਕਿਸੇ ਕੋਲ ਹੱਥ ਨਾਲ ਅੱਡ ਕੇ ਮੰਗਣਾ ਪਵੇ। ਇਹ ਜ਼ਰੂਰੀ ਹੁੰਦਾ ਵੀ ਉਹਨੂੰ ਆਪਣੇ ਸੈਲਫ ਸਫੀਸ਼ੀਐਂਟ ਕਰ ਦਿਉ, ਉਹਨੂੰ ਕਹਿ ਲਓ ਵੀ ਆਪਣੇ ਕਿਰਤ ਕਮਾਈ ਦਾ ਕੋਈ ਐਸੀ ਚੀਜ਼ ਦਿਓ ਜਿੰਨਾ ਉਹ ਆਪਣੀ ਮਿਹਨਤ ਕਰਕੇ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਕਰੇ। ਹਾਂਜੀ ਹਾਂਜੀ। ਸੋ ਭਾਈ ਸਾਹਿਬ ਜੀ, ਮੈਂ ਤੁਹਾਨੂੰ ਹੋਰ ਵੀ ਪੁੱਛਾਂਗੀ, ਭਾਈ ਬਗੀਚਾ ਸਿੰਘ ਦੀ ਇਹਨਾਂ ਦੇ ਕੇਸ ਬਾਰੇ ਕੁਛ ਸੰਗਤ ਜੀ ਨੂੰ ਦੱਸੋ ਕਿ ਕੀ ਸੀ ਇਹਨਾਂ ਦਾ ਕੇਸ, ਸੀ ਕੌਣ ਸੀ? ਇਹਨਾਂ ਦਾ ਕੇਸ 2007 ਦੇ ਵਿੱਚ ਰਜਿਸਟਰਡ ਹੋਇਆ ਸੀਗਾ, ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ, ਤੇ ਇਹਨਾਂ ਨੂੰ 2012-13 ਤੱਕ ਜਾਣੀ ਕਿ ਇਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀਗਾ। 12 ਦਾ ਮੈਂ ਤਾਂ ਜ਼ਿਕਰ ਕੀਤਾ, 12 ਤੱਕ ਇਹ ਜੇਲ੍ਹ 'ਚ ਰਹੇ ਨੇ, ਤੇ ਜਿਹਦੇ ਵਿੱਚ 1 ਸਾਲ ਪਟਿਆਲਾ ਜੇਲ੍ਹ 'ਚ ਰਹੇ ਨੇ ਅਤੇ ਬਾਕੀ ਨਾਭਾ ਜੇਲ੍ਹ ਦੇ ਵਿੱਚ 6 ਸਾਲ ਇਹਨਾਂ ਨੇ ਉੱਥੇ ਗੁਜ਼ਾਰੇ ਨੇ, ਤੇ 2013 ਦੇ ਵਿੱਚ ਇਹਨਾਂ ਦੀ ਜਿਹੜੀ ਆ ਉਹ ਕੀ ਕਹਿੰਦੇ ਜ਼ਮਾਨਤ ਹੋ ਗਈ ਸੀਗੀ, ਬੇਲ ਹੋ ਗਈ ਸੀਗੀ, ਤੇ 2013 ਤੋਂ ਬਾਅਦ ਇਹ ਬਾਹਰ ਹੀ ਨੇ। ਤੇ ਉਸ ਵਿੱਚ ਇਹਨਾਂ ਨੂੰ ਜਿਹੜਾ ਜਦੋਂ ਇਹਨਾਂ ਨੂੰ ਅਰੈਸਟ ਹੋਇਆ ਕੀਤਾ ਸੀ ਗਿਆ ਸੀਗਾ
15 ਦਿਨ ਗੈਰ ਕਾਨੂੰਨੀ ਰਿਹਾਸਤ ਵਿੱਚ ਰੱਖਿਆ ਗਿਆ ਸੀ ਇਹਨਾਂ ਨੂੰ ਜਿਹਦੇ ਵਿੱਚ ਇਹਨਾਂ ਨੂੰ ਸਰੀਰਕ ਤੇ ਮਾਨਸਿਕ ਤਸੀਹੇ ਦਿੱਤੇ ਗਏ ਸੀਗੇ ਤੇ ਬਹੁਤ ਸਾਰਾ ਟੌਰਚਰ ਹੋਇਆ ਤੇ ਕਾਫੀ ਸਮਾਂ ਇਹਨਾਂ ਨੇ ਨਾਭਾ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਬੜਾ ਇਹਨਾਂ ਦਾ ਔਖਾ ਸਮਾਂ ਸੀਗਾ ਤੇ ਖਾਸ ਕਰਕੇ ਮੈਂ ਕਹੂੰਗਾ ਵੀ ਇਹਨਾਂ ਦੇ ਪਰਿਵਾਰ ਦਾ ਤੇ ਬਜ਼ੁਰਗਾਂ ਦਾ ਇਹਨਾਂ ਦੀ ਸਿੰਘਣੀ ਦਾ ਤੇ ਬੱਚਿਆਂ ਦਾ ਤੇ ਕਿਉਂਕਿ ਪਰਿਵਾਰ ਵੀ ਬਹੁਤ ਸਾਰਾ ਸਫ਼ਰ ਕਰਦਾ ਇੱਥੋਂ ਇਹ ਭਾਈ ਬਗੀਚਾ ਸਿੰਘ ਜੀ ਜੋ ਤੁਸੀਂ ਦੇਖ ਰਹੇ ਹੋ ਜਿਨ੍ਹਾਂ ਨੂੰ ਸਿੱਖ ਲਈ ਵੱਲੋਂ ਤੁਹਾਡੇ ਸਹਿਯੋਗ ਦੇ ਨਾਲ ਟਰੱਕ ਲੈ ਕੇ ਦਿੱਤਾ ਗਿਆ ਹੈਗਾ ਅਤੇ ਬਹੁਤ ਸਮਾਂ ਇਹ ਨਾਭਾ ਜੇਲ੍ਹ ਅਤੇ ਪਟਿਆਲਾ ਜੇਲ੍ਹ 'ਚ ਰਹੇ ਨੇ ਅਤੇ ਸੰਗਤ ਜੀ ਆਪ ਦਾ ਧੰਨਵਾਦ ਹਾਂਜੀ ਸੋ ਪਰ ਇਹਨਾਂ ਦੇ ਸਿੱਖ ਲਈ ਫੁੱਲ ਉਦੋਂ ਦੀ ਮਦਦ ਕੀਤੀ ਜਾ ਰਹੀ ਹੈ ਜਦੋਂ ਦੀ ਹਾਂਜੀ ਇਹਨਾਂ ਦੇ ਪਰਿਵਾਰ ਮੈਂ ਥੋੜਾ ਦੱਸ ਦਵਾਂ ਵੀ ਇਹਨਾਂ ਦੇ ਪਰਿਵਾਰ ਜਦੋਂ ਜੇਲ੍ਹ 'ਚ ਸਨ ਕੋਈ ਟਾਈਮ ਸਗੋਂ ਥੋੜਾ ਆ ਇਹਨਾਂ ਦੇ ਪਰਿਵਾਰ ਦੀ ਲਗਾਤਾਰ ਜਦੋਂ ਜੇਲ੍ਹ 'ਚ ਸਾਨੂੰ ਲਗਾਤਾਰ ਮਦਦ ਹੋਈ ਆ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਵੀ ਉਪਰਾਲੇ ਕੀਤੇ ਗਏ ਸਨ ਇਹਨਾਂ ਦੇ ਕੇਸਾਂ ਦੀਆਂ ਫੀਸਾਂ ਵੀ ਦਿੱਤੀਆਂ ਗਈਆਂ ਈਵਨ ਬਾਹਰ ਆਣ ਕੇ ਵੀ ਅਸੀਂ ਕੋਸ਼ਿਸ਼ ਕੀਤੀ ਵੀ ਪਰਿਵਾਰ ਨੂੰ ਉਹਨਾਂ ਦੀ ਦੇਖਭਾਲ ਕਰਨ ਲਈ ਸੋ ਲਗਾਤਾਰ ਭਾਈ ਬਗੀਚਾ ਸਿੰਘ ਦੀ ਆਪਾਂ ਸੰਗਤਾਂ ਸਹਿਯੋਗ ਨਾਲ ਮਦਦ ਕਰਦੇ ਰਹੇ ਜੇਲ੍ਹ ਦੌਰਾਨ ਵੀ ਅਤੇ ਹੁਣ ਵੀ ਸੰਗਤ ਜੀ ਆਪ ਦਾ ਸਾਡੇ ਕੋਲ ਸ਼ਬਦ ਨਹੀਂ ਆ ਬਾਰ ਬਾਰ ਤੁਹਾਡਾ ਧੰਨਵਾਦ ਕਰਨ ਨੂੰ ਜੀ ਕਰਦਾ ਲੇਕਿਨ ਇਹ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਟਰੱਕ ਜੋ ਉਹ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਜਿਹੜਾ ਹੈਗਾ ਵਰਤਣਗੇ ਗੁਰੂ ਕਿਰਪਾ ਕਰੇ ਆਪ ਸੰਗਤਾਂ ਦਾ ਸਭ ਦਾ ਧੰਨਵਾਦ ਜੀ ਹਾਂਜੀ ਬਸ ਸਭ ਜੀ ਹੁਣ ਸੰਗਤ ਜੀ ਅਸੀਂ ਤੁਹਾਨੂੰ ਭਾਈ ਬਗੀਚਾ ਸਿੰਘ ਜੀ ਦੇ ਉਹਨਾਂ ਦੇ ਜ਼ਬਾਨੀ ਉਹਨਾਂ ਦੇ ਮੂੰਹੋਂ ਹੀ ਤੁਸੀਂ ਵਿਚਾਰ ਸੁਣੋ ਤੁਹਾਨੂੰ ਇੱਕ ਵੀਡੀਓ ਦਿਖਾਉਂਦੇ ਹਾਂ ਸੰਗਤ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਿੱਖ ਲਈ ਟੀਮ ਦਾ ਜਿਨ੍ਹਾਂ ਨੇ ਸਪੈਸ਼ਲ ਤੌਰ ਤੇ ਦਾਸ ਦੇ ਘਰ ਪਹੁੰਚ ਕੇ ਦਾਸ ਦੀ ਜ਼ਿੰਦਗੀ ਦੇ ਜੋ ਔਖਾ ਸੌਖਾ ਸਮਾਂ ਲੰਘਿਆ ਉਹਨੂੰ ਜਾਣਨ ਵਾਸਤੇ ਅਤੇ ਆਪ ਸੰਗਤਾਂ ਨਾਲ ਸਾਂਝੇ ਕਰਨ ਵਾਸਤੇ ਭਾਈ ਜਸਵਿੰਦਰ ਸਿੰਘ ਜੀ ਪਹੁੰਚੇ ਆ ਕਿਉਂਕਿ ਸਿੱਖ ਕੌਮ ਵਿੱਚ ਸ਼ੁਰੂ ਤੋਂ ਹੀ ਜਿਨ੍ਹਾਂ ਨੇ ਵੀ ਅਣਖ ਦੀ ਧਰਮ ਦੀ ਆਜ਼ਾਦੀ ਦੀ ਗੱਲ ਕੀਤੀ ਅਤੇ ਮੌਜੂਦਾ ਸਰਕਾਰਾਂ ਨੇ ਉਹਨਾਂ 'ਤੇ ਟੈਰੋਰਿਜ਼ਮ ਕੀਤਾ ਉਹਨਾਂ ਨੂੰ ਵੱਖ ਵੱਖ ਨਾਂ ਦਿੱਤੇ ਵੱਖਵਾਦੀ ਅੱਤਵਾਦੀ ਦੇਸ਼ ਧਰੋਹੀ ਭਾਵੇਂ ਸਿੱਖ ਕੌਮ ਨੇ ਹਰ ਸਮੇਂ ਸਾਰੀ ਮਨੁੱਖਤਾ ਦੀ ਭਲਾਈ ਲਈ ਕੰਮ ਕੀਤੇ ਗੁਰਬਾਣੀ ਅਨੁਸਾਰ ਚੱਲਣ ਦੀ ਜਿਹੜੀ ਪ੍ਰੇਰਨਾ ਗੁਰੂ ਮਹਾਰਾਜ ਨੇ ਸਾਨੂੰ ਦਿੱਤੀ ਅਬਲੇ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਹਮੇਸ਼ਾ ਸਾਂਝੀਵਾਲਤਾ ਦਾ ਉਪਦੇਸ਼ ਜਿਹੜਾ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਦਿੱਤਾ ਪਰ ਜ਼ਾਲਮ ਸਰਕਾਰਾਂ ਨੇ ਮੁੱਖ ਦੀਆਂ ਸਰਕਾਰਾਂ ਨੇ ਸਿੱਖ ਕੌਮ ਨੂੰ ਹਮੇਸ਼ਾ ਲਤਾੜਨ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਹੀ ਇੱਕ ਦਾ ਛੋਟਾ ਜਿਹਾ ਹਿੱਸਾ ਹੈ ਕਿ ਜਦੋਂ ਜੋ ਸਿੱਖੀ ਆ ਸਾਨੂੰ ਵਿਰਾਸਤ ਮਿਲੀ ਸਾਡਾ ਸਾਰਾ ਪਰਿਵਾਰ ਸ਼ੁਰੂ ਤੋਂ ਹੀ ਦਾਦੇ ਪੜਦਾਦੇ ਅਤੇ ਸਿੱਖੀ ਦੇ ਵਿੱਚ ਰਹੇ ਇਹਨਾਂ ਨੇ ਆਪਣੀ ਸਿੱਖੀ ਨੂੰ ਕਾਇਮ ਰੱਖਣ ਕਰ ਵਾਸਤੇ ਪਾਕਿਸਤਾਨ ਵਿੱਚ ਆਪਣਾ ਸਾਰਾ ਕਾਰੋਬਾਰ ਛੱਡ ਕੇ ਜ਼ਮੀਨਾਂ ਜਗ੍ਹਾ ਛੱਡ ਕੇ ਉਹ ਇੱਧਰ ਭਾਰਤ ਦੇ ਨਾਲ ਆਪਣਾ ਰਿਸ਼ਤਾ ਬਣਾਇਆ ਜੋ ਵੀ ਉਹੋ ਜਿਹਾ ਉਸ ਟਾਈਮ ਮਾਹੌਲ ਸੀ ਪਰ ਸਿੱਖੀ ਨੂੰ ਪਹਿਲ ਦਿੱਤੀ ਇੱਥੇ ਪੰਜਾਬ 'ਚ ਆ ਕੇ ਬਾਅਦ 'ਚ ਜੋ ਵੀ ਭਾਰਤ ਵਿੱਚ ਆ ਕੇ ਇਹਨਾਂ ਨੇ ਆਪਣੇ ਪੈਰ ਕਿਵੇਂ ਜਮਾਏ ਉਹ ਸਾਡੇ ਬਜ਼ੁਰਗਾਂ ਨੇ ਦੱਸਦੇ ਆ ਤਾਂ ਬੜਾ ਹੀ ਮਨ ਦੇ ਵਿੱਚ ਇਹੋ ਜਿਹਾ ਆਉਂਦਾ ਕਿ ਕਿੱਡਾ ਵੱਡਾ ਕਾਰੋਬਾਰ ਛੱਡ ਕੇ ਅਤੇ ਇੱਥੇ ਸਿੱਖੀ ਪਿੱਛੇ ਉਹਨਾਂ ਨੇ ਆ ਕੇ ਅਤੇ ਆਪਣਾ ਦੁਬਾਰੇ ਜ਼ਿੰਦਗੀ ਸ਼ੁਰੂ ਕੀਤੀ ਪੰਜਾਬ ਵਿੱਚ ਭਾਰਤ ਵਿੱਚ ਪਰ ਇੱਥੇ ਆ ਕੇ ਵੀ ਜਿਹਦੇ ਨਾਲ ਸਾਡੇ ਸਿੱਖ ਕੌਮ ਨੇ ਆਪਣਾ ਸਾਰਾ ਕੁਝ ਜੋੜਿਆ ਪਾਕਿਸਤਾਨ ਨਾਲੋਂ ਛੱਡ ਕੇ ਇੰਡੀਆ ਨਾਲ ਰਹਿਣ ਦਾ ਜਿਹੜਾ ਉਹਨਾਂ ਨੇ ਪ੍ਰਣ ਕੀਤਾ ਪਰ ਇਸਤੋਂ ਦੀ ਸਰਕਾਰ ਨੇ ਵੀ ਸਾਡੇ ਨਾਲ ਜਿਹੜਾ ਜ਼ੁਲਮ ਕਰਨੇ ਸ਼ੁਰੂ ਕੀਤੇ ਸੋ ਗੱਲਬਾਤ ਕਰਿਆ ਕਾਫੀ ਲੰਬੀ ਚੌੜੀ ਚਲੀ ਜਾਂਦੀ ਆ ਮੈਂ ਥੋੜ੍ਹੇ ਜਿਹੇ ਵਿਸਥਾਰ ਨਾਲ ਸਿਰਫ ਜੋ ਭਾਅ ਜੀ ਉਹਨਾਂ ਨੇ ਪੁੱਛਿਆ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਜੋ ਪੁਲਿਸ ਨੇ ਇੰਟੈਰੋਗੇਸ਼ਨ ਕੀਤੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਦੋਂ ਸੰਭਾਲ ਸੰਭਲੀ ਅਤੇ ਜਦੋਂ ਇਤਿਹਾਸ ਪੜ੍ਹਦੇ ਹਾਂ ਸਾਡੀ ਸਿੱਖ ਕੌਮ ਦਾ ਮੌਜੂਦਾ ਸਮੇਂ ਦੇ ਵਿੱਚ ਭਾਵੇਂ ਪੰਜਾਬ ਸਰਕਾਰ ਹੋਏ ਹਰਿਆਣਾ ਸਰਕਾਰ ਹੋਏ ਇਹਨਾਂ ਨੇ ਸਮੇਂ ਸਮੇਂ ਸਿਰ ਸਿੱਖ ਕੌਮ ਦੇ ਨੌਜਵਾਨਾਂ ਨੂੰ ਅੱਤਵਾਦੀ ਵੱਖਵਾਦੀ ਕਿਹਾ ਸਰਕਾਰ ਨੇ ਵੱਖ ਵੱਖ ਸਮੇਂ 'ਤੇ ਦਾਸ ਦੇ ਕੇਸ ਰਜਿਸਟਰ ਕੀਤੇ ਕਿਉਂਕਿ ਹਮੇਸ਼ਾ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਆਵਾਜ਼ ਉਠਾਉਣ ਦਾ ਜੋ ਸਾਨੂੰ ਭੁਗਤਣਾ ਪਿਆ ਸਭ ਤੋਂ ਪਹਿਲਾਂ 2007 ਵਿੱਚ ਮਿਲਦੇ ਕੇਸ ਰਜਿਸਟਰ ਕੀਤਾ SSP ਅਸਥਾਨਾ 'ਤੇ ਹਮਲੇ ਦਾ ਜਿਹਦੇ ਵਿੱਚ ਉਹਦਾ ਗਨਮੈਨ ਇੱਕ ਪੱਟੂ ਹੋ ਗਿਆ ਸੀ ਕੁਝ ਨੌਜਵਾਨਾਂ ਵੱਲੋਂ ਪੁਲਿਸ ਨਾਲ ਝੜਪ ਹੋਈ
ਉਹ 307 ਮੇਰੇ ਤੇ ਕੇਸ ਰਜਿਸਟਰ ਕੀਤਾ ਇਹਨਾਂ ਨੇ। ਉਸ ਤੋਂ ਬਾਅਦ ਮੇਰੇ ਤੇ ਇਹਨਾਂ ਨੇ ਲਗਾਤਾਰ ਕਾਫੀ ਕੇਸ ਰਜਿਸਟਰ ਕੀਤੇ, ਜੋ ਸਰਸਿਆਂ ਦਾ ਵਿਵਾਦ ਚੱਲਿਆ 2008 ਦੇ ਵਿੱਚ, ਉਹਦੇ ਵਿੱਚ ਮੇਰੇ ਤੇ ਇਹਨਾਂ ਨੇ 7-8 ਕੇਸ ਰਜਿਸਟਰ ਕੀਤੇ। ਫਿਰ ਇੱਕ ਇਹਨਾਂ ਨੇ ਪੰਜਾਬ ਸਰਕਾਰ ਨੇ ਸੀਡੀ ਸਮਾਣਾ ਦੀ ਪੁਲਿਸ ਨੇ ਸਰਸੇ ਵਾਲੇ ਨੂੰ ਮਾਰਨ ਦੀ ਸਾਜਿਸ਼ ਰਚਨ ਦਾ ਕੇਸ, ਮਨੁੱਖੀ ਬੰਬਾਂ ਨਾਲ ਮਾਰਨ ਦੀ ਜੋ ਸਾਜਿਸ਼ ਦਾ ਕੇਸ ਸੀਗਾ ਉਹ ਰਜਿਸਟਰ ਕੀਤਾ, ਜਿਹਦੇ ਵਿੱਚ ਮਾਸਟਰ ਮਾਈਂਡ ਦੀ ਜੋ ਕੇਸ ਦੇ ਵਿੱਚ ਮੈਨੂੰ ਰਜਿਸਟਰ ਕੀਤਾ ਗਿਆ ਵੀ ਸਾਰੀ ਇਸ ਦੀ ਪਲੈਨਿੰਗ ਸੀ। ਅਤੇ ਜੋ ਮਨੁੱਖੀ ਬੰਬ ਫੜਨ ਦਾ ਇਹਨਾਂ ਨੇ ਇੱਕ ਕਿਹਾ ਸੀਗਾ ਵੀ ਡੇਰੇ 'ਚ ਫੜੇ ਗਏ, ਜੋ ਪੁਲਿਸ ਵੱਲੋਂ ਲਿਖਿਆ ਗਿਆ ਕੇਸ ਆ ਉਸ ਬਾਬਤ ਮੈਂ ਆਪ ਜੀ ਨੂੰ ਦੱਸ ਰਿਹਾ ਕਿ ਇੰਨੇ ਮਨੁੱਖੀ ਬੰਬ ਤਿਆਰ ਕੀਤੇ ਸੀ ਉਹ ਡੇਰੇ ਵਿੱਚ ਜਾ ਕੇ ਸਰਸੇ ਵਾਲੇ ਨੂੰ ਉਹਨਾਂ ਨੇ ਮਾਰਨਾ ਸੀ, ਜਿੱਥੇ ਉਹਨੂੰ ਮਾਰਨਾ ਸੀ ਅਤੇ ਉਹਨਾਂ ਨੇ ਆਪਣੇ ਆਪ ਨੂੰ ਵੀ ਖਤਮ ਕਰ ਲੈਣਾ ਸੀ। ਅਤੇ ਇਹਨਾਂ ਦੇ ਪਿੱਛੇ ਸਾਰਾ ਜਿਹੜਾ ਮਾਸਟਰ ਸੀਗਾ ਉਹ ਬਗੀਚਾ ਸਿੰਘ ਸੀ, ਜੋ ਕਿ ਕੁਛ ਅਸਲਾ ਜਿਹੜਾ ਪੁਲਿਸ ਨੇ ਫੜਨ ਦਾ ਦਾਅਵਾ ਕੀਤਾ ਜਲੰਧਰ ਦੇ ਕੋਲੋਂ, ਉਹਦੇ ਵਿੱਚ ਵੀ ਦਾਸ ਨੂੰ ਇਨਵੋਲਵ ਕੀਤਾ ਕਿ ਇਹਨਾਂ ਨੇ ਮੰਗਾਇਆ ਸੀ। ਉਹਦੇ ਵਿੱਚ ਬਹੁਤ ਜ਼ਿਆਦਾ ਇੰਟਰੋਗੇਸ਼ਨ ਕੀਤੀ, ਮੈਨੂੰ ਜਦੋਂ ਪੁਲਿਸ ਨੇ ਅਰੈਸਟ ਕੀਤਾ ਮੈਂ ਆਫਿਸ ਵਿੱਚ ਜਾ ਰਿਹਾ ਸੀਗਾ, ਮੈਂ ਸਮਾਣੇ ਆਪਣਾ ਫੋਟੋਗ੍ਰਾਫੀ ਦਾ ਕੰਮ ਕਰਦਾ ਸੀਗਾ। ਰਸਤੇ ਵਿੱਚ ਚੁੱਕ ਕੇ ਮੈਨੂੰ ਘਰ ਦੱਸਣ ਤੋਂ ਬਿਨਾਂ ਇਹਨਾਂ ਨੇ ਸੀਏ ਸਟਾਫ ਦੇ ਵਿੱਚ ਰੱਖਿਆ, ਬਿਨਾਂ ਕੇਸ ਰਜਿਸਟਰਡ ਕੀਤੇ, ਬਿਨਾਂ ਮੈਨੂੰ ਕੋਰਟ 'ਚ ਪੇਸ਼ ਕੀਤੇ। 10-12 ਦਿਨ ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਇੰਟਰੋਗੇਸ਼ਨ ਕੀਤਾ ਅਤੇ ਇਹ ਮੈਨੂੰ ਉਹਨਾਂ ਨੇ ਕਬੂਲ ਕਰਨ ਲਈ ਕਿਹਾ ਵੀ ਜਿਹੜਾ ਸਰਸੇ ਵਾਲੇ ਨੂੰ ਮਾਰਨ ਦੀ ਸਾਜ਼ਿਸ਼ ਦਾ ਕੇਸ ਉਹ ਤੂੰ ਕਬੂਲ ਕਰ ਵੀ ਇਹ ਸਾਰਾ ਕੁਝ ਤੂੰ ਇਹ ਕਰ ਰਿਹਾ ਸੀਗਾ। ਅਤੇ ਉੱਥੇ ਜੋ ਹਾਲਤ ਹੁੰਦੀ ਆ ਉਹ ਜਿਹੜੇ ਵੀਰਾਂ ਨੇ ਰਿਵਾਰਡ ਕੱਟਿਆ ਉਹਨਾਂ ਨੂੰ ਪਤਾ ਵੀ ਕੀ ਪੁਲਿਸ ਜਿਹੜੀ ਆ ਕਰਦੀ ਆ, ਪਾਣੀ 'ਚ ਡੁੱਬਣਾ, ਕਰੰਟ ਲਾਉਣਾ, ਝੰਡੇ ਪਾੜਨੇ, ਪੁੱਠਾ ਲੜਕਾਉਣਾ, ਘੋਟੇ ਲਾਉਣੇ, ਬਹੁਤ ਕੁਝ। ਉਦੋਂ ਤਾਂ ਬੰਦਾ ਸਿਰਫ ਇਹ ਕਹਿੰਦਾ ਵੀ ਉਦੋਂ ਮੌਤ ਚੰਗੀ ਇਹਨਾਂ ਦੀ ਜਲਾਲਤ ਨਾਲੋਂ, ਉਸ ਟਾਈਮ ਭੁਗਤਿਆ ਹੁੰਦਾ ਉਹਨੂੰ ਪਤਾ। ਇਸ ਤਰ੍ਹਾਂ ਅਲੱਗ ਅਲੱਗ ਕਰਕੇ ਮੇਰੇ 'ਤੇ 12 ਕੇਸ ਰਜਿਸਟਰਡ ਕੀਤੇ ਆ ਸਰਕਾਰ ਨੇ ਅੱਜ ਤੱਕ, ਕਿਉਂਕਿ ਦਾਸ ਜੋ ਵੀ ਬੰਦੀ ਸਿੰਘ ਆ ਜਾਂ ਜਿਹਨਾਂ ਨੇ ਸਰਕਾਰ ਨੇ ਅੱਤਵਾਦੀ ਕਹਿ ਕੇ ਜੇਲ੍ਹਾਂ 'ਚ ਬੰਦ ਕੀਤਾ, ਦਾਸ ਉਹਨਾਂ ਦੀ ਮੁਲਾਕਾਤਾਂ 'ਤੇ ਜਾਂ ਉਹਨਾਂ ਦੀ ਪੈਰਵਾਈ ਜਾਂ ਹੋਰ ਵੀ ਜਿੰਨੀ ਕੁ ਸੇਵਾ ਲੱਗਦੀ ਆ ਉੱਥੇ ਜਾਣ ਦੀ ਕੋਸ਼ਿਸ਼ ਕਰੀਦੀ ਆ, ਜਿੱਥੇ ਵੀ ਕੋਈ ਸੇਵਾ ਲੱਗੀ ਉੱਥੇ ਜਾਈਦਾ। ਜਿਹਨੇ ਜੋ ਸਿੱਖ ਰਿਲੀਫ ਆ ਬੰਦੀ ਸਿੰਘਾਂ ਦੀ ਜੋ ਜੇਲ੍ਹਾਂ 'ਚ ਬੰਦੇ ਉਹਨਾਂ ਦੇ ਕੇਸਾਂ ਦੀ ਪੈਰਵੀ ਕਰਦੇ ਆ, ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਪੈਰਵਾਈ, ਉਹਨਾਂ ਦੇ ਬੱਚਿਆਂ ਦੀ ਫੀਸਾਂ ਦਾ ਪ੍ਰਬੰਧ, ਉਹਨਾਂ ਦਵਾਈ ਬੂਟੀ ਦਾ ਪ੍ਰਬੰਧ ਜਿਹੜਾ ਇਹ ਸਿੱਖ ਰਿਲੀਫ ਵੱਲੋਂ ਭਾਈ ਬਲਵੀਰ ਸਿੰਘ ਜੀ ਦੀ ਕੋਸ਼ਿਸ਼ ਸਦਕਾ ਕਾਫੀ ਸਾਲਾਂ ਤੋਂ ਚੱਲ ਰਿਹਾ। ਅਤੇ ਇਹਨਾਂ ਨੇ ਵੀ ਜਿੱਥੇ ਡਿਊਟੀ ਲਾਈ ਨੇਪਾਲ ਵਿੱਚ, ਭੁਚਾਲ ਆਇਆ ਉੱਥੇ ਜਾਣਾ ਜਾਂ ਕਿਤੇ, ਇਸ ਕਰਕੇ ਹਮੇਸ਼ਾ ਵੱਧ ਚੜ੍ਹ ਕੇ ਸਿੱਖ ਸਰਗਰਮੀਆਂ ਵਿੱਚ ਹਿੱਸਾ ਪਾਉਣ ਦਾ ਜਿਹੜਾ ਸਜ਼ਾ ਉਹ ਸਰਕਾਰ ਦਿੰਦੀ ਰਹਿੰਦੀ ਆ। ਅਤੇ ਇਸ ਤਰ੍ਹਾਂ ਮੇਰੇ ਕੋਲ 7-8 ਜਿਹੜੇ ਕੇਸ ਸੀ ਉਹ ਮੇਰੇ ਬਰੀ ਹੋ ਚੁੱਕੇ ਆ। ਇੱਕ ਕੇਸ 'ਚੋਂ ਮੈਨੂੰ ਸਜ਼ਾ ਹੋਈ ਆ ਉਹ ਹਾਈਕੋਰਟ ਅਪੀਲ 'ਤੇ ਆ, ਜੋ SSP 'ਤੇ ਹਮਲੇ ਦਾ ਕੇਸ ਸੀਗਾ। ਬਾਕੀ ਕੇਸ ਜਿਹੜੇ ਆ ਮੇਰੇ 'ਤੇ ਹਜੇ ਪੈਂਡਿੰਗ ਆ, ਉਹ ਚੱਲ ਰਿਹਾ ਦੇਸ਼ ਦੋ ਦੇ RDX ਪਿਸਟਲ, ਨਾਭਾ ਜੇਲ੍ਹ ਤੋਂ ਦੀ ਸਾਜਿਸ਼, ਖੜਕੂ ਸਿੰਘਾਂ ਦੀ ਹੈਲਪ ਕਰਨ ਦੀ, ਹੋਰ ਕਈ ਇਹੋ ਜਿਹੇ ਜਿਹੜੇ ਆ ਉਹ ਮੇਰੇ 'ਤੇ ਚੱਲ ਰਿਹਾ ਕੇਸ। ਲੁਧਿਆਣੇ ਚੱਲ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਸੰਬੰਧ ਵਿੱਚ ਮੋਰਚਾ ਲੱਗਾ ਸੀਗਾ ਬਾਪੂ ਸੂਰ ਸਿੰਘ ਵੱਲੋਂ, ਉਸ ਸੰਬੰਧ ਵਿੱਚ ਉੱਥੇ ਵੀ ਇੱਕ ਕੇਸ ਦਰਜਾ। ਇਸ ਤਰ੍ਹਾਂ ਵੱਖ ਵੱਖ ਜਿਹੜੇ ਪੜਾਅ ਆ, ਸਰਕਾਰ ਨੇ ਬੜਾ ਨੁਕਸਾਨ ਕੀਤਾ, ਉਹਨਾਂ ਨੇ ਮੇਰਾ ਜੋ ਕਾਰੋਬਾਰ ਸੀ ਉਹਨੂੰ ਬੰਦ ਕਰਤਾ, ਮੇਰਾ ਆਫਿਸ ਸੀਗਾ, ਮੈਂ ਬਾਅਦ 'ਚ ਪਹਿਲਾਂ ਫੋਟੋਗ੍ਰਾਫੀ ਦਾ ਕੰਮ ਕਰਦਾ, ਉਸ ਤੋਂ ਬਾਅਦ ਜਦੋਂ ਮੈਂ ਕੇਸ ਪਾ ਅਤੇ ਜੇਲ੍ਹ 'ਚ ਕਰਤਾ ਉਹ ਮੇਰਾ ਕੰਮ ਬੰਦ ਹੋ ਗਿਆ। ਜੇਲ੍ਹ 'ਚ ਆਉਣ ਤੋਂ ਬਾਅਦ ਫਿਰ ਮੈਂ ਪ੍ਰੋਪਰਟੀ ਐਡਵਾਈਜ਼ਰ ਦਾ ਕੰਮ ਸਲਾਹ ਕਰਦਾ ਸ਼ੁਰੂ ਕੀਤਾ, ਉਹਨੂੰ ਵੀ ਸਰਕਾਰ ਨੇ ਮੇਰੇ ਦਫ਼ਤਰ ਨੂੰ 1 ਸਾਲ ਸੀਲ ਕਰਕੇ ਰੱਖਿਆ, ਮੇਰੇ ਸਾਰੇ ਕਾਰੋਬਾਰ ਬੰਦ ਕਰਤੇ, ਅਤੇ ਜੋ ਘਰੋਂ ਸਮਾਨ ਸੀਗਾ ਉਹ ਚੁੱਕ ਕੇ ਲੈ ਜਾਣਾ। ਇਸ ਤਰ੍ਹਾਂ ਕਾਫੀ ਕੁਝ ਹੋਇਆ ਕਿ ਜਦੋਂ ਮੈਂ ਪ੍ਰੋਪਰਟੀ ਦਾ ਕੰਮ ਕਰਦਾ ਸੀ, ਕੋਈ ਪਾਰਟੀ ਮੈਨੂੰ 3 ਲੱਖ ਰੁਪਇਆ ਦੇ ਗਈ, ਪਾਰਟੀ ਜ਼ਮੀਨ ਦੀ ਸਾਈ ਦੇਣੀ ਸੀ ਪਲਾਟ ਦੀ, ਉਹ ਜਦੋਂ ਮੈਂ ਘਰ ਲਿਆਂਦਾ ਵੀ ਚਲੋ 100 ਵਾਰ ਸੌਦਾ ਕਰਾਂਗੇ, ਅਤੇ ਇਸ ਤਰ੍ਹਾਂ ਜਦੋਂ ਪੁਲਿਸ ਨੇ ਰੇਡ ਮਾਰੀ ਉਸ ਦਿਨ ਰਾਤ ਨੂੰ ਘਰ, ਨਾਲੇ ਮੈਨੂੰ ਫੜ ਕੇ ਲੈ ਗਏ, ਨਾਲੇ ਉਹ ਮੇਰੇ ਪੈਸੇ ਚੱਕ ਕੇ ਲੈ ਗਏ, ਅਤੇ ਉਹ ਪੈਸੇ 3 ਲੱਖ ਰੁਪਇਆ ਨਾ ਦੇ ਇਹਨਾਂ ਨੇ ਕੇਸ 'ਚ ਪਾਇਆ ਅਤੇ ਨਾ ਹੀ ਮੈਨੂੰ ਵਾਪਸ ਕੀਤਾ। ਇਸ ਤਰ੍ਹਾਂ ਹੋਰ ਵੀ ਬੜੇ ਨੁਕਸਾਨ ਕੀਤੇ, ਪਰ ਉਹ ਅਸੀਂ ਸਮਝਦੇ ਹਾਂ ਵੀ ਚਲੋ ਜੋ ਗੁਰੂ ਮਹਾਰਾਜ ਨੂੰ ਪਾਉਂਦਾ ਉਹ ਹੀ ਹੁੰਦਾ। ਇਸ ਤਰ੍ਹਾਂ ਜੋ ਵੀ ਨੁਕਸਾਨ ਕੀਤਾ ਸਰਕਾਰ ਨੇ ਉਹ ਗੁਰੂ ਮਹਾਰਾਜ ਦੀ ਰਜ਼ਾ ਦੇ ਵਿੱਚ ਰਹਿ ਕੇ ਅੱਜ ਵੀ ਜਿਹੜਾ ਸਾਡਾ ਸੰਘਰਸ਼ ਜਾਰੀ ਆ। ਪਰ ਸਰਕਾਰਾਂ ਹਮੇਸ਼ਾ ਜਿਹੜੀਆਂ ਨੇ ਉਹ ਆਵਾਜ਼ ਨੂੰ ਦਬਾਉਂਦੀਆਂ ਨੇ। ਅਸੀਂ ਧੰਨਵਾਦ ਕਰਦੇ ਹਾਂ ਕਿ ਮੇਰੇ ਕੇਸਾਂ ਦੇ ਵਿੱਚ ਜਦੋਂ ਸਾਡਾ ਸਿੱਖ ਰਿਲੀਫ ਨਾਲ ਪਤਾ ਲੱਗਾ ਵੀ ਉਹ ਇੱਕ ਸੰਸਥਾ ਹੈਗੀ ਆ UK ਦੀ, ਉਹ ਬੰਦੀ ਸਿੰਘਾਂ ਦਾ ਬਹੁਤ ਹੈਲਪ ਕਰ ਰਹੀ ਹੈ। ਉਦੋਂ ਮੈਂ ਪਟਿਆਲੇ ਜੇਲ੍ਹ ਵਿੱਚ ਸੀਗਾ, ਉਦੋਂ ਸਾਰੇ ਬੰਦੀ ਸਿੰਘਾਂ ਨੂੰ 2-2 ਹਜ਼ਾਰ ਰੁਪਇਆ ਜਿਹੜਾ ਮਹੀਨਾ ਇਹਨਾਂ ਵੱਲੋਂ ਦਿੱਤਾ ਜਾਂਦਾ ਸੀਗਾ, ਬੱਚਿਆਂ ਦੀ ਫੀਸਾਂ ਜਿਹੜੀਆਂ ਨੇ ਉਹ ਅਲੱਗ ਤੌਰ 'ਤੇ ਭਰੀਆਂ ਜਾਂਦੀਆਂ ਸੀ, ਜਾਂ ਹੋਰ ਕਿਸੇ ਨੂੰ ਕੋਈ ਲੋੜ ਪੈਂਦੀ ਸੀ ਉਹ ਅਲੱਗ ਕਰਦੇ ਸੀ। ਇਸ ਤਰ੍ਹਾਂ ਵਕੀਲਾਂ ਦੀਆਂ ਫੀਸਾਂ ਅਤੇ ਮੇਰੇ
ਦੋ ਤਿੰਨ ਕੇਸਾਂ ਦੀਆਂ ਜਿਹੜੀਆਂ ਨੇ ਜਿਹੜੀਆਂ ਫੀਸਾਂ ਉਹ ਵੀ ਸਿੱਖ ਅਰਲੀ ਵੱਲੋਂ ਦਿੱਤੀਆਂ ਗਈਆਂ। ਉਹ ਕੇਸ ਜਿਹੜੇ ਆ ਮੇਰੇ ਬਰੀ ਵੀ ਹੋਏ ਅਤੇ ਉਹ ਬਹੁਤ ਧੰਨਵਾਦ ਆ ਸਿੱਖ ਅਰਲੀ ਦਾ, ਕਿਉਂਕਿ ਜਿਹੜਾ ਬੰਦਾ ਜੇਲ੍ਹ ਹੁੰਦਾ ਉਹਨੂੰ ਪਤਾ ਵੀ ਉਹਦੇ ਪਰਿਵਾਰਕ ਹਾਲਾਤ ਕੀ ਹੁੰਦੇ ਆ, ਘਰ ਦੇ ਹਾਲਾਤ ਕੀ ਹੁੰਦੇ ਆ ਅਤੇ ਜੇਲ੍ਹ ਦੇ ਵਿੱਚ ਉਹਦੀ ਆਪਣੀ ਜ਼ਿੰਦਗੀ ਕਿਵੇਂ ਹੁੰਦੀ ਆ, ਕਿਉਂਕਿ ਕੁਛ ਕਾਰੋਬਾਰ ਬੰਦ ਹੋ ਜਾਂਦੇ ਆ, ਖਰਚੇ ਵੱਧ ਜਾਂਦੇ ਆ, ਜੇਲ੍ਹ ਦੇ ਬੰਦੇ ਦਾ ਅਲੱਗ ਖਰਚਾ ਬਰਾਬਰ ਘਰ ਦੇ ਵਾਂਗੂ ਹੋ ਜਾਂਦਾ, ਉੱਥੇ ਵੀ ਜੇਲ੍ਹ ਵਿੱਚ ਖਰਚਾ ਪਹੁੰਚਾਉਣਾ, ਘਰ ਪਹੁੰਚਾਉਣਾ ਇੱਕ ਬਹੁਤ ਵੱਡਾ ਉਦਮ ਉਪਰਾਲਾ ਹੈ ਸਿੱਖ ਰਿਲੀਫ ਦਾ, ਜਿਨ੍ਹਾਂ ਨੇ ਬੜੇ ਲੰਮੇ ਸਮੇਂ ਤੋਂ ਇਹ ਕਰਦੇ ਆ ਰਹੇ ਆ ਅਤੇ ਆਸ ਕਰਦੇ ਹਾਂ ਕਿ ਇਸ ਤਰ੍ਹਾਂ ਹੀ ਇਹ ਕੌਮ ਦੀ ਸੇਵਾ ਕਰਦੇ ਰਹਿਣਗੇ ਅਤੇ ਸਾਰੀ ਸੰਗਤ ਨੂੰ ਹੀ ਵੱਧ ਚੜ੍ਹ ਕੇ ਜਿਹੜੀ ਹੈਗੀ ਸਪੋਰਟ ਕਰਨੀ ਚਾਹੀਦੀ ਆ ਸਿੱਖ ਰਿਲੀਫ ਦੀ, ਕਿਉਂਕਿ ਇਹ ਜਿੱਥੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦਾ, ਬੰਦੀ ਸਿੰਘਾਂ ਦੇ ਪਰਿਵਾਰਾਂ ਦਾ ਕਰਦੇ ਆ, ਉੱਥੇ ਲੋਕ ਭਲਾਈ ਦੇ ਕੰਮ ਜਿਹੜੇ ਆ ਉਹ ਵੀ ਸਿੱਖ ਰਿਲੀਫ ਵੱਲੋਂ ਕੀਤੇ ਜਾਂਦੇ ਆ, ਜਿਵੇਂ ਬੂਟੇ ਲਾਉਣੇ, ਕਿਉਂਕਿ ਜਿੰਨਾ ਚਿਰ ਸਾਡੀ ਹਵਾ ਪਾਣੀ ਸ਼ੁੱਧ ਨਹੀਂ ਅਤੇ ਉਹਨਾਂ ਚਿਰ ਸਾਡੀ ਜਿਹੜੀ ਜਨਰੇਸ਼ਨ ਆ ਆਉਣ ਵਾਲੀ ਉਹਨਾਂ ਵਾਸਤੇ ਵੀ ਇੱਕ ਸੰਭਾਲ ਵਾਲੀ ਗੱਲ ਆ। ਇਹ ਵੀ ਸਾਨੂੰ ਜੋ ਗੁਰਬਾਣੀ ਅਨੁਸਾਰ ਗੁਰੂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਉਹਦੇ ਸੰਕਲਪ 'ਤੇ ਚੱਲਣ ਵਾਸਤੇ ਜਿਹੜੀ ਕੋਸ਼ਿਸ਼ ਆ ਉਹ ਵੀ ਸਿੱਖ ਰਿਲੀਫ ਵੱਲੋਂ ਕੀਤੀ ਜਾਂਦੀ ਆ, ਲੋਕਾਂ ਦਾ ਭਲਾ, ਜੇ ਕਿਸੇ ਵੀ ਧਰਮ ਦੇ ਨਾਲ ਕੋਈ ਵਧੀਕੀ ਹੁੰਦੀ ਆ ਉਹਨਾਂ ਦੀ ਹੈਲਪ ਕਰਨ ਪਹੁੰਚਣਾ, ਭਾਵੇਂ ਹੜ੍ਹ ਆਏ ਹੋਣ ਅਤੇ ਭਾਵੇਂ ਭੁਚਾਲ ਆਏ ਹੋਣ, ਇਹ ਸਮੇਂ ਸਮੇਂ ਸਿਰ ਇਹਨਾਂ ਨੇ ਹੈਲਪ ਕੀਤੀ ਆ ਅਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਬਾਕੀ ਜਿਹੜੇ ਜ਼ਿੰਦਗੀ ਦੇ ਜੋ ਹੋਇਆ ਇਹ ਮੈਂ ਥੋੜ੍ਹਾ ਜਿਹਾ ਤੁਹਾਨੂੰ ਥੋੜ੍ਹੇ ਸ਼ਬਦਾਂ ਦੱਸਿਆ, ਕਿਉਂਕਿ ਇਹ ਬੜੀਆਂ ਲੰਮੀਆਂ ਸਟੋਰੀਆਂ ਹੋ ਜਾਂਦੀਆਂ ਵੀ ਜਦੋਂ ਦੱਸਣ ਲੱਗੀਏ, ਕਿਉਂਕਿ ਬਹੁਤ ਜ਼ਿਆਦਾ ਹੀ ਸਰਕਾਰਾਂ ਨੇ ਨੌਜਵਾਨਾਂ 'ਤੇ ਡਰਗੁਸ਼ ਕੀਤਾ ਸੀ ਅਤੇ ਜਿਨ੍ਹਾਂ ਵਿੱਚ ਦਾਸ ਵੀ ਇੱਕ ਹਿੱਸਾ ਰਿਹਾ ਅਤੇ ਇਸ ਕਰਕੇ ਜਿੰਨੋ ਜੇਲ੍ਹ ਬੜੀ ਵਾਰ ਜੇਲ੍ਹ 'ਚ ਗਏ ਆ, ਜਮਾਨਤਾਂ ਹੋਈਆਂ, ਹੁਣ ਵੀ ਜਿਹੜੇ ਕੇਸ ਚੱਲਦੇ ਪਏ ਆ ਅਤੇ ਗੁਰੂ ਮਹਾਰਾਜ ਕਿਰਪਾ ਕਰਨ ਸਿੱਖ ਰਿਲੀਫ ਦੇ ਮੇਹਰ ਭਰਿਆ ਤੱਕ ਅਤੇ ਇਸ ਤਰ੍ਹਾਂ ਹੀ ਕੌਮ ਦੀ ਸੇਵਾ ਕਰਦੇ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਭਾਈ ਸਾਹਿਬ ਤੁਹਾਨੂੰ ਇੰਟਰੋਗੇਸ਼ਨ ਦੇ ਵਿੱਚ ਰੱਖਿਆ ਅਤੇ ਕਿੰਨੇ ਕਿੰਨੇ ਕੁ ਦਿਨ ਤੁਹਾਨੂੰ ਰੱਖਦੇ ਰਹੇ ਲੀਗਲੀ ਜਾਂ ਇਲੀਗਲੀ, ਅਤੇ ਫਿਰ ਕਿਸ ਤਰ੍ਹਾਂ ਦੀ ਇੰਟਰੋਗੇਸ਼ਨ ਚੱਲਦੀ ਰਹੀ? ਦੇਖੋ ਜੀ, ਮੈਂ ਆਪ ਜੀ ਨੇ ਪਹਿਲਾਂ ਦੱਸਿਆ ਕਿ ਮੈਨੂੰ ਜਦੋਂ ਇਹਨਾਂ ਨੇ 2008 ਵਿੱਚ ਅਰੈਸਟ ਕੀਤਾ, ਮੈਂ ਆਪਣੇ ਆਫਿਸ ਜਾ ਰਿਹਾ ਸੀਗਾ, ਰਸਤੇ 'ਚੋਂ ਅਰੈਸਟ ਕਰਕੇ ਸਵੇਰੇ ਇਹਨਾਂ ਨੇ ਮੈਨੂੰ 9 ਵਜੇ, ਜੋ ਕਿ ਉਸ ਟਾਈਮ ਕਿਸੇ ਨੂੰ ਪਤਾ ਨਹੀਂ ਲੱਗਾ, ਸੁੰਨਸਾਨ ਜਗ੍ਹਾ 'ਤੇ ਮੈਂ ਜੋ ਜਾ ਰਿਹਾ ਸੀ ਉੱਥੋਂ ਅਰੈਸਟ ਕੀਤਾ ਅਤੇ ਮੈਨੂੰ ਇਹਨਾਂ ਬਿਨਾਂ ਕਿਸੇ ਕੋਰਟ ਦੇ ਵਰੰਟ ਤੋਂ ਜਾਂ ਬਿਨਾਂ ਕੋਰਟ 'ਚ ਪੇਸ਼ ਕੀਤਾ, ਮੈਨੂੰ 8 ਦਿਨ ਇਹਨਾਂ ਨੇ ਇੰਟਰੋਗੇਸ਼ਨ ਲਗਾਤਾਰ ਕੀਤਾ। ਉਸ ਤੋਂ ਬਾਅਦ ਫਿਰ ਮੈਨੂੰ 8 ਦਿਨ ਕੁੱਟਮਾਰ ਕਰਕੇ, ਜਿਵੇਂ ਕਰੰਟ ਲਾਉਣਾ, ਚੱਡੇ ਪਾੜਨੇ, ਪਾਣੀ ਵਿੱਚ ਡੋਬਣਾ, ਪੁੱਠਾ ਲਟਕਾਉਣਾ, ਘੋਟਾ ਲਾਉਣਾ, ਯਾਨੀ ਕਿ ਜਿਹੜਾ ਵੀ ਇਹਨਾਂ ਤੋਂ ਹੋਇਆ ਉਹ ਕੁਝ ਮੇਰੇ ਤਾਂ ਕੀਤਾ। ਅੱਜ ਵੀ ਮੈਂ ਇੱਕ ਤੁਰਨ ਤੋਂ ਵੀ ਬਹੁਤ ਪ੍ਰੋਬਲਮ ਆਉਂਦੀ ਆ, ਲੱਤ 'ਚ ਮੇਰੀ ਪ੍ਰੋਬਲਮ ਆਈ, ਉਦੋਂ ਉਸ ਟਾਈਮ ਦੀ ਰੀੜ ਦੀ ਹੱਡੀ 'ਚ ਮੇਰੀ ਪ੍ਰੋਬਲਮ ਆਈ ਆ ਅਤੇ ਇਸ ਤਰ੍ਹਾਂ ਇਹਨਾਂ ਨੇ ਉਦੋਂ ਪਹਿਲੀ ਵਾਰ ਹੋਇਆ ਇੰਟਰਵਿਊਸ਼ਨ ਬਹੁਤ ਜ਼ਿਆਦਾ, ਅਤੇ ਇੱਕ ਵਾਰੀ ਦੁਬਾਰੇ ਇਹਨਾਂ ਨੇ ਮੈਨੂੰ 2012 ਵਿੱਚ ਫੜ ਕੇ ਇੰਟਰਵਿਊਸ਼ਨ ਕੀਤਾ ਸੀ, ਉਹ ਉਹਦੀ ਵੀ ਹੱਦ ਇਹਨਾਂ ਨੇ ਪਾਰਟ ਪਾਤੀ ਸੀ। ਉਦੋਂ ਮੈਨੂੰ ਨਹਿਰ 'ਚ ਖੜ ਕੇ ਇਹਨਾਂ ਨੇ ਪਾਸੋਂ ਰੋਡ 'ਤੇ ਪਟਿਆਲਿਓਂ, ਜਿਹੜਾ ਪਾਸੋਂ ਰੋਡ 'ਤੇ ਨਹਿਰ ਜਾਂਦੀ ਉੱਥੇ ਰਾਤ ਨੂੰ ਮੈਨੂੰ ਡੁਬੋਇਆ ਇਹਨਾਂ ਨੇ ਪੁੱਠਾ ਲਟਕਾ ਕੇ, ਅਤੇ ਉਦੋਂ ਮੈਂ ਵੀ ਮੇਰੀ ਇੱਕ ਨਬਜ਼ੀ ਰੋਕੀ ਸੀ, ਧੜਕਣ ਮੇਰੀ ਡਾਊਨ ਹੋ ਗਈ ਸੀ, ਫਿਰ ਇਹਨਾਂ ਨੇ ਹਸਪਤਾਲ ਮੈਨੂੰ ਦਾਖਲ ਕਰਾ ਕੇ 2-3 ਦਿਨ ਇਲਾਜ ਕਰਾ ਕੇ ਉਸ ਤੋਂ ਬਾਅਦ ਮੈਨੂੰ ਕੋਰਟ 'ਚ ਪੇਸ਼ ਕੀਤਾ ਸੀ। ਇਸ ਤਰ੍ਹਾਂ ਮੈਂ ਤਾਂ ਬਹੁਤ ਜ਼ਿਆਦਾ ਇਹਨਾਂ ਨੇ ਜਿਹੜਾ ਕੀਤਾ, ਅਤੇ ਦੱਸੀਏ ਤਾਂ ਉਸ ਟਾਈਮ 'ਤੇ ਇਹ ਹੁੰਦਾ ਵੀ ਜਦੋਂ ਜਾਨ ਨਿਕਲ ਜਾਏ ਬੰਦੇ ਦੀ, ਇਹਨਾਂ ਦੀ ਜਿਹੜੀ ਮਾਰ ਹੈ ਜਿਹੜੀ ਝੱਲਣੀ ਬੜੀ ਔਖੀ ਆ। ਬਾਕੀ ਬੰਦੇ ਤੋਂ ਜੋ ਇਹਨਾਂ ਜੀ ਕਰਦਾ ਉਹ ਮਨਾ ਲੈਂਦੇ ਆ, ਭਾਵੇਂ ਕਿਸੇ ਨੇ ਕੁਝ ਜੁਰਮ ਕੀਤਾ ਜਾਂ ਨਹੀਂ ਕੀਤਾ, ਪਰ ਉਸ ਟਾਈਮ ਜਿਹੜਾ ਸਰਕਾਰ ਧੱਕੇ ਨਾਲ ਜੁਰਮ ਜਿਹੜੀ ਆ ਉਹ ਨੌਜਵਾਨਾਂ ਤੋਂ ਕਬੂਲ ਕਰਾ ਲਈ। ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ 80 ਦੇ ਦਹਾਕੇ ਦੇ ਵਿੱਚ ਜਾਂ 80, 84, 85 ਦੇ ਵਿੱਚ ਉਦੋਂ ਜੋ ਪੁਲਿਸ ਦਾ ਵਰਤਾਰਾ ਸੀ ਉਦੋਂ ਦੇ ਅਤੇ ਹੁਣ ਦੇ ਵਰਤਾਰੇ ਦੇ ਵਿੱਚ ਕੁਛ ਫਰਕ ਹੈ? ਕੋਈ ਫਰਕ ਨਹੀਂ, ਉਦੋਂ ਵੀ ਇਹੀ ਹਾਲਾਤ ਸੀਗੇ, ਅੱਜ ਵੀ ਹਾਲਾਤ ਨੇ, ਭਾਵੇਂ ਅਸੀਂ ਸਮਝਦੇ ਹਾਂ ਕਈ ਵਾਰੀ ਵੀ ਚਲੋ ਉਸ ਟਾਈਮ ਜਿਹੜਾ ਜਿਵੇਂ ਕਿੱਲ ਠੋਕਣੇ ਸਰੀਰਾਂ 'ਚ ਅੱਗ ਨਾਲ ਸਾੜ ਦੇਣਾ ਜਾਂ ਪ੍ਰੈਸ ਵਾਲਾ ਸਾੜਨਾ ਉਹ ਚੇਂਜ ਹੈ, ਪਰ ਉਦੋਂ ਦੂਜੇ ਜਿਹੜੇ ਇੰਟਰੋਗੇਸ਼ਨ ਆ ਉਹ ਸੇਮ ਚੱਲ ਰਹੇ ਆ ਵੀ ਬਿਨਾਂ ਕੋਰਟ 'ਚ ਪੇਸ਼ ਕੀਤਿਆਂ ਰੱਖਣਾ ਇਹਨਾਂ 'ਤੇ, ਜੋ ਪੂਰਾ ਕਾਨੂੰਨ ਦੀ ਉਲੰਘਣਾ ਹੁੰਦੀ ਆ, ਪਰ ਇਹਨਾਂ ਵਾਸਤੇ ਕੋਈ ਕਾਨੂੰਨ ਨਹੀਂ, ਉਹ ਸਾਰਾ ਵਰਤਾਰਾ ਅੱਜ ਵੀ ਜਾਰੀ ਆ। ਅੱਜ ਵੀ ਮੁਕਾਬਲੇ ਹੋ ਰਹੇ ਆ, ਪਹਿਲੋਂ ਖੜਕੂ ਨੂੰ ਕਹਿ ਕੇ ਮੁਕਾਬਲੇ ਕੀਤੇ ਜਾਂਦੇ ਸੀ, ਅੱਜ ਗੈਂਗਸਟਰ ਕਹਿ ਕੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ, ਕੋਈ ਬਹੁਤਾ ਫਰਕ ਨਹੀਂ ਆਇਆ। ਖੀ ਨੂੰ ਘਾਣ ਕਰਨ ਦਾ ਜਿਹੜਾ ਨਸ਼ਿਆਂ ਦਾ ਵਰਤਾਰਾ, ਅਤੇ ਉਹਦੇ ਬਾਰੇ ਤੁਸੀਂ ਤੁਹਾਡੇ ਜਿਹੜੇ ਕੀ ਵਿਚਾਰ ਨੇ? ਦੇਖੋ ਜੀ, ਜਿਹੜਾ ਸਿੱਖੀ ਨੂੰ ਖਤਮ ਕਰਨ ਵਾਸਤੇ ਸਾਰੀਆਂ ਹੀ ਜਿੱਥੇ ਭਾਰਤ ਦੇ ਸਰਕਾਰ ਦਾ ਜ਼ੋਰ ਲੱਗਾ ਉੱਥੇ ਜਿਹੜੇ ਜਿਵੇਂ ਰੂਸ ਆ ਜਾਂ ਹੋਰ ਵੀ ਉੱਥੋਂ ਦੀ ਸਰਕਾਰਾਂ ਵੀ, ਕਿਉਂਕਿ ਜਿਹੜੀਆਂ ਹੈਗੀਆਂ ਨੇ ਧਰਮ ਨੂੰ ਨਹੀਂ ਮੰਨਦੀਆਂ, ਜਿਹੜੇ ਨਾਸਤਿਕ ਲੋਕ ਆ ਉਹ ਆਪਾਂ ਨੂੰ ਪਤਾ ਰੂਸ ਦੀ ਸਰਕਾਰ ਵੀ ਆ, ਇਹਦੇ ਨਾਲ ਹੋਰ ਵੀ ਇਹ ਜਿਹੀਆਂ ਹੈਗੀਆਂ ਜਿਨ੍ਹਾਂ ਨੇ ਜ਼ੋਰ ਲਾਇਆ ਵੀ ਇਹ ਜਿਹੜਾ ਸਿੱਖ ਧਰਮ ਆ ਖਤਮ ਹੋਣਾ ਚਾਹੀਦਾ, ਅਤੇ ਇਸ ਕਰਕੇ ਇਸੇ ਬੜੀ ਸਾਜ਼ਿਸ਼ ਦੇ ਨਾਲ ਪੰਜਾਬ ਵਿੱਚ ਨਸ਼ੇ, ਪੰਜਾਬ ਵਿੱਚ ਜਿਹੜਾ ਗੁੰਡਾਗਰਦੀ ਜਾਂ ਹੋਰ ਕੋਈ ਵਰਤਾਰੇ, ਅਤੇ ਜਿਹੜੀ ਨਵੇਂ ਨਵੇਂ ਡੇਰੇ ਖੋਲ੍ਹਣੇ ਬਾਬੇ ਬਣਾ ਕੇ ਪੇਸ਼ ਕਰਨੇ, ਅਤੇ ਸਿੱਖ ਕੌਮ ਨੂੰ ਬੜਾ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ।
ਇਹ ਜਿਹੜਾ ਇੱਕ ਬੜਾ ਭਿਆਨਕ ਸਮਾਂ ਹੈ, ਆਉਣ ਵਾਲਾ ਸਮਾਂ ਜਿਹੜਾ ਸਿੱਖ ਕੌਮ ਵਾਸਤੇ ਹੋਰ ਵੀ ਖਤਰਨਾਕ ਹੋ ਸਕਦਾ ਹੈ। ਜਿਵੇਂ ਜਦੋਂ ਦੀ ਮੋਦੀ ਸਰਕਾਰ ਆਈ ਹੈ, ਉਹਨਾਂ ਨੇ ਹਿੰਦੂਤਾ ਉਹ ਭਗਵਾ ਕਰਨ ਜਿਹੜਾ ਉਹ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਹਾਨੂੰ ਕੀ ਲੱਗਦਾ ਕਿ ਇਹਦੇ ਚ ਕਿਸ ਤਰ੍ਹਾਂ ਸੁਧਾਰ ਹੋ ਸਕਦਾ, ਕੀ ਕੀ ਸਾਨੂੰ ਕਦਮ ਚੁੱਕਣੇ ਚਾਹੀਦੇ ਨੇ? ਦੇਖੋ, ਜਿੰਨਾ ਚਿਰ ਅਸੀਂ ਸਾਰੀ ਕੌਮ ਇੱਕ ਮੁੱਠ ਨਹੀਂ ਹੁੰਦੀ, ਉਹਨਾਂ ਚਿਰ ਜਿਹੜਾ ਇਹ ਵਰਤਾਰਾ ਜਿਹੜਾ ਚੱਲਦਾ ਰਹਿਣਾ, ਸਾਡੀ ਕੌਮ ਜਿਹੜੀ ਆ ਉਹ ਬਹੁਤ ਕਈ ਭਾਗਾਂ ਵਿੱਚ ਵੰਡੀ ਹੋਈ ਆ, ਤੇ ਅਸੀਂ ਰਾਜਨੀਤੀ ਜਿਹੜੀ ਆ ਕਰਦੇ ਹਾਂ ਉਹ ਵੀ ਗੰਦੀ ਰਾਜਨੀਤੀ ਜਿਹੜੀ ਆ ਉਹ ਸਾਡੇ ਕੌਮ ਦਾ ਨੁਕਸਾਨ ਕਰ ਰਹੀ ਆ। ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਉਹ ਬੜੀ ਕੋਸ਼ਿਸ਼ ਕਰ ਰਹੇ ਆ, ਉਹਨਾਂ ਨੇ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਵਾਸਤੇ ਵੀ ਇੱਕ ਪੂਰਾ ਉਪਰਾਲਾ ਕੀਤਾ। ਆਉਣ ਵਾਲੇ ਦਿਨਾਂ ਵਿੱਚ ਸਾਨੂੰ ਬੜੀ ਉਮੀਦ ਆ ਵੀ ਇਹ ਵਧੀਆ ਕਾਰਗੁਜ਼ਾਰੀ ਕਰ ਸਕਦਾ, ਤੇ ਸਾਨੂੰ ਸਾਰਿਆਂ ਨੂੰ ਇਸ ਮਸਲੇ ਤੇ ਆਉਣਾ ਵੀ ਚਾਹੀਦਾ, ਵਰਲਡ ਸਿੱਖ ਪਾਰਲੀਮੈਂਟ ਦੀ ਸਪੋਰਟ ਕਰਨੀ ਵੀ ਚਾਹੀਦੀ ਆ, ਕਿਉਂਕਿ ਸਿੱਖ ਕੌਮ ਦੀ ਇੱਕ ਵਰਲਡ ਦੀ ਪਾਰਲੀਮੈਂਟ ਹੋਏ ਜਿਹਦੇ ਨਾਲ ਸਾਰੇ ਸਿੱਖ ਕੌਮ ਦੇ ਮੁੱਦੇ ਜਿਹੜੇ ਆ ਉਹ ਵਧੀਆ ਤਰੀਕੇ ਨਾਲ ਵਿਚਾਰੇ ਜਾਣ, ਤੇ ਜੇ ਅਸੀਂ ਅਲੱਗ ਅਲੱਗ ਰਹੇ ਤੇ ਜਿਹੜਾ ਸਾਡਾ ਨੁਕਸਾਨ ਜੋ 84 ਚ ਹੋਇਆ ਉਹ ਆਉਣ ਵਾਲੇ ਜਿਹੜੇ ਦਿਨ ਉਹ ਫਿਰ ਵੀ ਹੋ ਸਕਦਾ ਜੋ ਅੱਜ ਹਿੰਦੁਸਤਾਨ ਦੇ ਮਾਹੌਲ ਚੱਲ ਰਿਹਾ। ਜਿਸ ਤਰ੍ਹਾਂ ਕਿ ਆਪ ਜੀ ਨੇ ਪਹਿਲਾਂ ਗੱਲ ਕੀਤੀ ਸਿੱਖ ਰਿਲੀਫ ਦੇ ਜਿਹੜੇ ਕੰਮਾਂ ਦਾ ਵੇਰਵਾ ਤੁਸੀਂ ਦਿੱਤਾ, ਤੇ ਹੋਰ ਕਿੱਥੇ ਕਿੱਥੇ ਤੁਸੀਂ ਸਿੱਖ ਰਿਲੀਫ ਦੇ ਨਾਲ ਗਏ ਹੋ ਤੇ ਕਿਸ ਤਰ੍ਹਾਂ ਦੇ ਜਿਹੜੇ ਕੰਮ ਕੀਤੇ ਨੇ? ਸਿੱਖ ਰਿਲੀਫ ਨੇ ਜਿੱਥੇ ਵੀ ਆਪਣੀ ਸੇਵਾ ਲਾਈ ਆ ਉੱਥੇ ਪਹੁੰਚੇ ਆ। ਨੇਪਾਲ ਵਿੱਚ ਭੂਚਾਲ ਆਇਆ ਸੀਗਾ, ਉੱਥੇ ਵੀ ਦਾਸ ਪਹੁੰਚਿਆ ਸੀਗਾ, ਤੇ ਉੱਥੇ ਬਹੁਤ ਵੱਡੇ ਪੱਧਰ ਤੇ ਉੱਥੋਂ ਦੇ ਲੋਕਾਂ ਦੀ ਸੇਵਾ ਕੀਤੀ, ਕਿਉਂਕਿ ਮੈਂ ਜਿਵੇਂ ਪਹਿਲਾਂ ਆਪ ਦੱਸਿਆ ਵੀ ਸਿੱਖ ਧਰਮ ਜਿਹੜਾ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ। ਨੇਪਾਲ ਵਿੱਚ ਇੱਕ ਹਿੰਦੂ ਰਾਸ਼ਟਰ ਆ, ਹਿੰਦੂ ਉੱਥੇ ਲੋਕ ਆ, ਤੇ ਉੱਥੇ ਜਿਹੜੀ ਪ੍ਰੋਬਲਮ ਸੀ ਹਿੰਦੂ ਲੋਕਾਂ ਨੂੰ ਆਈ ਸੀ, ਪਰ ਸਿੱਖ ਰਿਲੀਫ ਨੇ ਉੱਥੇ ਬਹੁਤ ਵੱਧ ਚੜ੍ਹ ਕੇ ਸਹਾਇਤਾ ਕੀਤੀ ਸੀ। ਦਾਸ ਨੇ ਲੰਮਾ ਸਮਾਂ ਰਿਹਾ ਉੱਥੇ ਉਹੋ ਜਿਹੀ ਜਗ੍ਹਾ ਤੇ ਜਾ ਕੇ ਵੀ ਉਹਨਾਂ ਦੀ ਰਾਸ਼ਨ ਪਾਣੀ ਇੱਕ ਮਹੀਨੇ ਦਾ ਰਾਸ਼ਨ ਪਾਣੀ ਪਹੁੰਚਾ ਕੇ ਘਰ ਆਉਂਦੇ ਰਹੇ। ਅਸੀਂ ਕੋਈ ਉੱਥੇ ਲੰਗਰ ਲਾਉਣ ਦੀ ਬਜਾਏ ਸੁੱਕਾ ਰਾਸ਼ਨ ਦਿੰਦੇ ਰਹੇ ਵੀ ਜਿਹੜੇ ਲੋਕ ਬਾਅਦ ਦੇ ਵਿੱਚ ਵੀ ਆਪ ਪਕਾ ਕੇ ਵੀ ਆਪਣਾ ਗੁਜ਼ਾਰਾ ਕਰ ਸਕਣ। ਤੇ ਇਸ ਤਰ੍ਹਾਂ ਹੋਰ ਜਿਹੜੇ ਪੰਜਾਬ ਵਿੱਚ ਕਈ ਜਗ੍ਹਾ ਤੇ ਜਿਹੜੇ ਬੰਦੀ ਸਿੰਘਾਂ ਦੇ ਉੱਤੇ ਪ੍ਰੋਬਲਮ ਆਈਆਂ, ਜਿਹੜੇ ਜੇਲ੍ਹਾਂ 'ਚ ਬੰਦ ਆ ਜਾਂ ਉਹਨਾਂ ਨੂੰ ਵੀ ਜਾ ਕੇ ਜਦੋਂ ਵੀ ਲੋੜ ਪਈ ਤਾਂ ਉੱਥੇ ਜਾ ਕੇ ਉਹਨਾਂ ਦੀ ਹੈਲਪ ਕਰਕੇ ਆਏ ਸਿੱਖ ਰਿਲੀਫ ਵੱਲੋਂ। ਤੇ ਜਿੱਥੇ ਵੀ ਸੇਵਾ ਲੱਗੀ ਆ ਤੇ ਉੱਥੇ ਹਮੇਸ਼ਾ ਵੱਧ ਚੜ੍ਹ ਕੇ ਜਾਈਦਾ ਜੀ। ਭਾਈ ਸਾਹਿਬ, ਪੁਲਿਸ ਵੱਲੋਂ ਅਜੇ ਵੀ ਕੋਈ ਤੁਹਾਨੂੰ ਜਿਹੜਾ ਆਪਣੇ ਪੁੱਛਗਿੱਛ ਕੀਤੀ ਜਾਂਦੀ ਹੈ ਅਜੇ ਵੀ ਕੁਛ? ਬਿਲਕੁਲ ਜੀ, ਜਿਵੇਂ ਹੁਣ ਜਿੱਥੇ ਵੀ ਡਿਊਟੀ ਲੱਗਦੀ ਆ ਜਾਈਦਾ, ਉੱਥੇ ਭਾਵੇਂ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਲਾ ਜੀ ਦੀ ਮੁਲਾਕਾਤ ਹੋਏ ਜਾਂ ਹੋਰ ਸਿੰਘਾਂ ਦੇ ਜਾਂ ਕਿਤੇ ਵੀ ਕੋਈ ਮੋਰਚਾ ਲੱਗਦਾ ਉੱਥੇ ਜਾਈਦਾ, ਤੇ ਸਰਕਾਰਾਂ ਉੱਥੇ ਤੰਗ ਪਰੇਸ਼ਾਨ ਕਰਦੀਆਂ ਰਹਿੰਦੀਆਂ ਨੇ, ਕੋਸ਼ਿਸ਼ ਕਰਦੇ ਨੇ ਕਿਤੇ ਵੀ ਕੋਈ ਘਟਨਾ ਵਾਪਰ ਜਾਂਦੀ ਤੇ ਇੱਥੇ ਅਰੈਸਟ ਕਰਕੇ ਲੈ ਜਾਂਦੇ ਆ। ਨਾਭਾ ਜੇਲ੍ਹ ਬ੍ਰੇਕ ਕਾਂਡ ਹੋਇਆ ਤਾਂ ਚੁੱਕੇ ਮੈਨੂੰ ਲੈ ਕੇ ਕੈਥਲ ਵਾਲੇ ਹਰਿਆਣੇ ਲੈ ਕੇ, ਉੱਥੇ ਉਹਨਾਂ ਨੇ ਕਾਫੀ ਮੈਨੂੰ ਪਰੇਸ਼ਾਨ ਕੀਤਾ, ਜਾਂ ਹੋਰ ਵੀ ਕਿਤੇ ਕੋਈ ਘਟਨਾ ਵਾਪਰਦੀਆਂ ਤੇ ਪੁੱਛ ਕੇ ਜਿਹੜੀ ਆ ਸਰਕਾਰ ਵੱਲੋਂ ਜਾਰੀ ਆ ਤੇ ਪਰੇਸ਼ਾਨ ਕਰਦੇ ਰਹਿੰਦੇ ਆ। ਮੈਂ ਜਿਹੜਾ ਆਪਣਾ ਬਿਜ਼ਨਸ ਕਰਦਾ ਉਹਦੇ ਵਿੱਚ ਵੀ ਉਹ ਜਿਹੜੇ ਲੋਕ ਮੇਰੇ ਨਾਲ ਪ੍ਰੋਪਰਟੀ ਦਾ ਕੰਮ ਕਰਦੇ ਸਲਾਹ ਕਰਦਾ ਕੋਈ ਨਾਲ ਜੁੜਦਾ ਤੇ ਉਹ ਉਹਨਾਂ ਨੂੰ ਜਾ ਕੇ ਪੁੱਛਗਿੱਛ ਕਰਨਾ ਸ਼ੁਰੂ ਕਰ ਦਿੰਦੇ ਆ ਵੀ ਤੁਸੀਂ ਇੰਨੇ ਫੋਨ ਕਿਉਂ ਕੀਤੇ ਆ ਉਹਨੂੰ, ਉਹ ਫਿਰ ਡਰ ਜਾਂਦੇ ਆ ਲੋਕ। ਇਸ ਤਰ੍ਹਾਂ ਜਿਹੜੇ ਕਾਰੋਬਾਰ ਵਿੱਚ ਵੀ ਬਹੁਤ ਅੜਚਣਾ ਡਾਂਦੇ ਆ, ਤੇ ਇਹ ਜਿਹੜੀ ਪ੍ਰੋਬਲਮ ਆ ਇਹ ਸਰਕਾਰ ਵੱਲੋਂ ਹਜੇ ਤੱਕ ਵੀ ਜਾ ਰਹੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਬਗੀਚਾ ਸਿੰਘ ਰੱਤਾ ਖੇੜਾ, ਮੈਂ ਬਹੁਤ ਧੰਨਵਾਦ ਕਰਦਾ ਸਿੱਖ ਰਿਲੀਫ ਦਾ ਜਿਨ੍ਹਾਂ ਨੇ ਮੈਨੂੰ ਕੁਝ ਕਾਰੋਬਾਰ ਸੈੱਟ ਕਰਨ ਵਾਸਤੇ ਮੇਰੀ ਹੈਲਪ ਕੀਤੀ ਆ, ਤੇ ਜਲਦੀ ਹੀ ਮੈਂ ਕੋਈ ਨਾ ਕੋਈ ਜਿਹੜਾ ਆਪਣਾ ਕਾਰੋਬਾਰ ਨਾਲ, ਕਿਉਂਕਿ ਪਹਿਲਾਂ ਸਿਰਫ ਪ੍ਰੋਪਰਟੀ ਸਲਾਹਕਾਰ ਦਾ ਕੰਮ ਕਰ ਰਿਹਾ ਸੀ ਮੈਂ, ਉਹ ਕੰਮ ਬਹੁਤ ਜ਼ਿਆਦਾ ਆਪ ਜਾਣਦੇ ਹੀ ਹੋ ਕਿ ਮੰਦਾ ਚੱਲ ਰਿਹਾ, ਅਤੇ ਇੱਕ ਸਾਈਡ ਕੋਈ ਬਿਜ਼ਨਸ ਚਲਾਉਣ ਵਾਸਤੇ ਜਿਹੜੀ ਮੇਰੀ ਹੈਲਪ ਕੀਤੀ ਆ ਸਿੱਖ ਰਿਲੀਫ ਨੇ, ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ। ਅਤੇ ਆਸ ਕਰਦਾ ਕਿ ਸਿੱਖ ਰਿਲੀਫ ਇਸ ਤਰ੍ਹਾਂ ਹੋਰ ਵੀ ਬੰਦੀ ਸਿੰਘਾਂ ਦੀ ਤਾਂ ਜਿਹੜੇ ਵੀ ਕੌਮ ਲਈ ਸੰਘਰਸ਼ ਕਰ ਰਿਹਾ ਉਹਨਾਂ ਦੀ ਹੈਲਪ ਹੋਈ ਆ, ਇਸੇ ਤਰ੍ਹਾਂ ਕਰਦੇ ਰਹਿਣਗੇ। ਅਤੇ ਸੰਗਤਾਂ ਨੂੰ ਅਪੀਲ ਆ ਵੀ ਵੱਧ ਤੋਂ ਵੱਧ ਸਿੱਖ ਰਿਲੀਫ ਦੀ ਜਿਹੜੀ ਆ ਉਹ ਮਦਦ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਤੁਸੀਂ ਭਾਈ ਬਗੀਚਾ ਸਿੰਘ ਦੀ ਜ਼ਬਾਨੀ ਸੁਣਿਆ ਹੈ, ਕਿਵੇਂ ਉਹਨਾਂ ਨੂੰ ਅਰੈਸਟ ਕੀਤਾ ਗਿਆ, ਗ੍ਰਿਫਤਾਰ ਕੀਤਾ ਗਿਆ, ਉਹ ਤੋਂ ਬਾਅਦ ਉਹਨਾਂ 'ਤੇ ਕਿੱਦਾਂ ਮਾਨਸਿਕ ਅਤੇ ਸਰੀਰਕ ਟੋਰਚਰ ਕੀਤਾ ਗਿਆ, ਅਤੇ ਇਹ ਤੋਂ ਲਗਾਤਾਰ 7 ਸਾਲ ਬੰਦੀ ਕਾਲ ਕੋਠੜੀਆਂ ਵਿੱਚ ਉਹਨਾਂ ਨੂੰ ਕਿਵੇਂ ਰੱਖਿਆ ਗਿਆ, ਅਤੇ ਕਿਵੇਂ ਉਹਨਾਂ ਦੇ ਪਰਿਵਾਰ ਨੇ, ਖਾਸ ਕਰਕੇ ਬੱਚਿਆਂ ਨੇ, ਬਜ਼ੁਰਗਾਂ ਨੇ ਸਫ਼ਰ ਕੀਤਾ। ਇਹ ਇੱਕ ਬਹੁਤ ਹੀ ਸੰਘਰਸ਼ਮਈ ਉਹਨਾਂ ਦਾ ਸਮਾਂ ਸੀ ਸਾਰੇ ਪਰਿਵਾਰ ਦਾ, ਔਰ ਖਾਸ ਕਰਕੇ ਬਗੀਚਾ ਸਿੰਘ ਉਹਨਾਂ ਦਾ, ਕਿਉਂਕਿ ਜੇਲ੍ਹ ਅੰਦਰ ਨਾ ਤਾਂ ਕੋਈ ਸਹੂਲਤ ਹੁੰਦੀ ਆ ਅਤੇ ਨਾ ਹੀ ਕੋਈ ਕਿਸੇ ਨਾਲ ਤੁਸੀਂ ਉਹ ਜਿਹੜੀ ਰਾਹਤ ਹੁੰਦੀ ਆ ਲੈਣ ਦੀ ਕੋਈ ਤੁਹਾਨੂੰ ਆਸ ਹੁੰਦੀ ਆ। ਇਹ ਤਾਂ ਸੰਗਤ ਜੀ ਆਪ ਦੀ ਕਿਰਪਾ ਆ, ਆਪ ਦੀ ਹੀ ਤੁਹਾਡਾ ਵਡਪਾਉਣਾ ਵੀ ਜਿਹੜਾ ਤੁਸੀਂ ਬੰਦੀ ਸਿੰਘਾਂ ਦੇ ਪਿੱਛੇ ਖੜ੍ਹਦੇ ਹੋ, ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਕੇਸਾਂ ਨੂੰ ਲੜਨ ਦੇ ਵਿੱਚ ਸਾਡੀ ਸਹਾਇਤਾ ਕਰਦੇ ਹਾਂ, ਅਤੇ ਅੱਜ ਬੰਦੀ ਸਿੰਘ ਉਹ ਚੀਜ਼ ਜਿਹੜੀ ਆ ਜੋ ਪਿੱਛੇ ਬਹੁਤ ਸਮਾਂ ਪਹਿਲਾਂ ਘਾਟ ਸੀਗੀ ਉਹ ਤੁਸੀਂ ਪੂਰੀ ਕਰਦੇ ਹੋ। ਸੰਗਤ ਜੀ, ਤੁਸੀਂ ਜੋ ਟਰੱਕ ਲੈ ਕੇ ਦਿੱਤਾ ਉਹਨਾਂ ਦੇ ਰੋਜ਼ਗਾਰ ਲਈ ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਅਤੇ ਗੁਰੂ ਕਿਰਪਾ ਕਰੇ ਹੋਰ ਬਹੁਤ ਸਾਰੇ ਬੰਦੀ ਸਿੰਘਾਂ ਦੇ ਇੱਦਾਂ ਹੀ ਆਪਾਂ ਜਿਹੜੇ ਆ ਆਪਾਂ ਕਾਰਜ ਕਰੀਏ। ਤੁਹਾਡਾ ਧੰਨਵਾਦ ਜੀ।
ਹਾਂਜੀ ਸੰਗਤ ਜੀ, ਜਿੱਦਾਂ ਹੁਣ ਤੁਸੀਂ ਭਾਈ ਸਾਹਿਬ ਜੀ ਦੇ ਮੂੰਹੋਂ ਸੁਣਿਆ, ਭਾਈ ਬਗੀਚਾ ਸਿੰਘ ਜੀ ਦੇ ਉਹਨਾਂ ਦੀ ਜਵਾਨੀ ਸੁਣਿਆ ਕਿ ਉਹਨਾਂ ਨੂੰ ਕਿੰਨਾ ਤਸ਼ੱਦਦ ਸਹਿਣਾ ਪਿਆ, ਉਹਨੂੰ ਕਿੰਨਾ ਚਿਰ ਜੇਲ੍ਹ 'ਚ ਰਹਿਣਾ ਪਿਆ। ਸੋ ਸੰਗਤ ਜੀ, ਹੁਣ ਸਾਨੂੰ ਇੱਕ ਸਾਹਿਬ ਦੀ ਖੁਸ਼ੀ ਵੀ ਮਹਿਸੂਸ ਹੁੰਦੀ ਹੈ, ਜਦੋਂ ਭਾਈ ਸਾਹਿਬ ਜੀ ਨੇ ਦੱਸਿਆ ਕਿ ਉਹਨਾਂ ਦਾ ਰੁਜ਼ਗਾਰ ਸ਼ੁਰੂ ਕੀਤਾ, ਉਹਨਾਂ ਨੂੰ ਟਰੱਕ ਲੈ ਕੇ ਦਿੱਤਾ। ਸੋ ਇਹ ਵੀ ਤੁਹਾਡੀ ਸਹਾਇਤਾ, ਤੁਹਾਡੇ ਸਹਿਯੋਗ ਦੇ ਨਾਲ ਹੀ ਸਭ ਕੁਝ ਪੂਰਾ ਹੋਇਆ। ਸੋ ਸੰਗਤ ਜੀ, ਪਲੀਜ਼ ਇੱਦਾਂ ਹੀ ਸਾਨੂੰ ਸਾਥ ਦਿੰਦੇ ਰਹੋ। ਤੁਸੀਂ ਸਾਡੇ ਅਕਾਊਂਟ ਡਿਟੇਲ ਸਕਰੀਨ 'ਤੇ ਦੇਖ ਰਹੇ ਹੋ, ਸਾਨੂੰ ਪਲੀਜ਼ ਸਪੋਰਟ ਕਰੋ। ਤੁਸੀਂ ਸਟੈਂਡਿੰਗ ਆਰਡਰ ਅਪਡੇਟ ਕਰਾਓ, ਸਾਡੀ ਮਦਦ ਕਰੋ। ਫੋਨ ਨੰਬਰ ਵੀ ਹੈਗਾ ਜੇ ਤੁਸੀਂ ਤੁਹਾਨੂੰ ਕੋਈ ਜਾਣਕਾਰੀ ਦੇਣੀ ਚਾਹੁੰਦੇ ਹੋ। ਸੋ ਸੰਗਤ ਜੀ, ਹੁਣ ਸਾਡਾ ਟਾਈਮ ਫਿਨਿਸ਼ ਹੋ ਗਿਆ, ਤੁਹਾਨੂੰ ਅਗਲੀ ਵੀਕ ਫਿਰ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।